did on my head. Did on my head. Did on my head. ਲੋ ਬਈ ਆਪਾਂ ਆਉਣਾ ਸੀਗਾ ਇੱਥੇ ਤੇ ਆਪਾਂ ਬੈਠੇ ਹਾਂ ਗੱਡੀ 'ਚ, ਹੁੰਦੇ ਸਾਨੂੰ ਪੁੱਛਣ ਗਏ ਨੇ ਇੱਥੋਂ ਕਿਵੇਂ ਕੀ ਸਿਸਟਮ ਆ, ਦੈਨ ਆਪਾਂ ਤੁਹਾਨੂੰ ਅੱਗੇ ਦਿਖਾਉਂਦੇ ਹਾਂ। ਰੱਬ ਜਾਣਦਾ ਪਰ ਆਪਣਾ ਨਾਮ ਸੀਤਾ ਦੱਸਦੀ ਆ, ਜਾਮਪੁਰ ਦਾ ਡਰੈਸ ਦੱਸਦੀ ਆ। ਤੂੰ ਸੀਤਾ ਜਬ ਤੇਰੇ ਕੋ ਘਰ ਛੋੜੇਂਗੇ ਹਮ ਕੈਸੇ ਜਾਣਾ ਪੜੇਗਾ। ਅਰੇ ਮੇਰੇ ਕੋ ਸਟੇਸ਼ਨ ਪੇ ਜਾਣਾ, ਮੈਂ ਚਲੀ ਜਾਉਂਗੀ, ਕਿਉਂ ਆਪਕੋ ਪਰਤਾਂ ਕਰ। ਸਟੇਸ਼ਨ ਪੇ ਭੇਜ ਦੇ ਆਪ। ਮੈਂ ਹਾਂ ਕੌਣ ਸੇ ਸਟੇਸ਼ਨ ਪੇ ਜਾਉਂਗੀ? ਦੇਖੇਂਗੇ ਆਗੇ ਕੌਣ ਸਟੇਸ਼ਨ ਪੜੇਗਾ, ਆਗੇ ਕੌਣ ਸਟੇਸ਼ਨ ਹੈ। ਇਹ ਲੁਧਿਆਣਾ ਸਟੇਸ਼ਨ ਹੈ। ਹਾਂ ਤਾਂ ਵਹੀਂ ਬੈਠ। ਠੀਕ ਹੈ, ਲੁਧਿਆਣਾ ਸੇ ਤੁਮ ਆਗੇ ਕਿਸ ਤਰਫ ਜਾਓਗੇ? ਪਤਾ ਹੈ ਕੁਛ ਵੀ ਨਹੀਂ। ਘਰ ਪਰ ਜਾਏਂਗੇ ਔਰ ਕਹਾਂ ਪਰ? ਨਹੀਂ ਬੇਟਾ ਕਹਾਂ ਪੇ ਜਾਏਂਗੇ ਕਿਸ। ਅੱਜ ਮੈਂ ਤੁਮਕੋ ਬਾਰ ਬਾਰ ਬਤਾ ਰਹੀ ਹੂੰ ਕਿ ਜੰਪੂਰ ਹੈ ਤੋ ਕਿਉਂ ਕਹਾਂ ਪਰ? ਜੰਪੂਰ ਹੈ। ਜਹਾਂ ਸੇ ਟ੍ਰੇਨ ਸਿੱਧਾ ਜੰਪਰ ਤੋ ਥੋੜੀ ਜਾਏਗੀ, ਦਿੱਲੀ ਕੋ ਜਾਏਗੀ। ਹਾਂ ਤਾਂ ਦਿੱਲੀ ਹੋਤੇ ਹੋਏ ਜਾਏਂਗੇ ਔਰ ਕਿਆ ਹੋ। ਤਾਂ ਦਿੱਲੀ ਸੇ ਫਿਰ ਟ੍ਰੇਨ ਕਹਾਂ ਕੀ ਪਕੜੋਗੀ? ਜੰਪੂਰ ਕੋ ਪਕੜੇਂਗੇ। ਕੱਲ ਤੇ ਠੀਕ ਕਰ ਰਹੀ ਹੂੰ। ਬਾਲ ਪਹਿਲੇ ਸੇ ਐਸੇ ਛੋਟੇ ਰੱਖ ਲਈ ਤਾਂ ਜੂਏ ਪੜ ਗਏ। ਜੂਆ ਨਹੀਂ ਪੜਾ ਤਾਂ ਮੇਰਾ ਬਾਲ ਐਸਾ ਹੈ। ਸੋ ਇਹ ਸੀ ਉਹ ਜਗ੍ਹਾ ਜਿੱਥੇ ਆਪਾਂ ਆਪਣੀ ਯੂਟਿਊਬ ਦੀ ਪਹਿਲੀ ਅਰਨਿੰਗ ਤੋਂ 10 ਮੰਥ ਕੱਢ ਕੇ ਸਮਾਨ ਦੇਣ ਆਏ ਹਾਂ ਅਤੇ ਸਮਾਨ ਦੇ ਕੇ ਫਿਰ ਆਪਾਂ ਅੰਦਰ ਚੱਲਦੇ ਹਾਂ ਅਤੇ ਆਪਾਂ ਸਭ ਨੂੰ ਮਿਲ ਕੇ ਜਾਂਦੇ ਕਿਉਂਕਿ ਉਹ ਕਹਿੰਦੇ ਸਾਰਿਆਂ ਨੂੰ ਮਿਲ ਕੇ ਜ਼ਰੂਰ ਜਾਓ ਉੱਪਰ ਅਤੇ ਮੈਂ ਵੀ ਦੇਖਣਾ ਹੈ ਕਿ ਅੰਦਰ ਕੀ ਆ, ਕਿੱਦਾਂ ਦਾ ਮਾਹੌਲ ਆ, ਕਿੱਦਾਂ ਦੇ ਲੋਕ ਉਰੇ ਆਏ ਹੋਏ ਨੇ। ਇੱਕ ਤਾਂ ਵਲੌਗ ਦੀ ਪਿਛਲੀ ਕਲਿੱਪ 'ਚ ਇਹਨਾਂ ਨੇ ਦੇਖ ਲਿਆ ਹੋਣਾ ਅਤੇ ਆਪਾਂ ਅੰਦਰ ਜਾ ਕੇ ਫਿਰ ਮਿਲਦੇ ਹਾਂ। ਹਾਜ਼ਰ ਕੈਂਪ ਲਾਉਣੇ ਆ ਵੀ ਹਰ ਮਹੀਨੇ ਕੈਂਪ ਦੇ ਵਿੱਚ ਮਾਲੇ ਕੇ ਆਈ ਆਪਾਂ ਨੂੰ ਕੈਂਪ ਨੂੰ ਕਰਦੇ ਆਪਾਂ ਇੱਧਰ ਦੇਖਿਆ ਇੱਧਰ ਮੇਲਸ ਦਾ ਐਂਡ ਇੱਧਰ ਫੀਮੇਲਸ ਐਂਡ ਵਿੱਚ ਸਭ ਤੋਂ ਵਧੀਆ ਚੀਜ਼ ਇੱਧਰ ਗੁਰਦੁਆਰਾ ਸਾਹਿਬ ਵੀ ਆ, ਬਹੁਤ ਵਧੀਆ ਸੇਵਾ ਕਰ ਰਹੇ ਨੇ ਯਾਰ ਇਹ ਸਾਰੇ। ਜ਼ਰੂਰ ਇੱਥੇ ਜ਼ਰੂਰ ਆ ਕੇ ਦੇਖੋ, ਬਾਬਾ ਜੀ ਦੇ ਰੰਗ ਇੱਥੇ ਵੀ ਨੇ। Thank you.
ਹਾਂਜੀ ਤੇ ਆਪਾਂ ਆ ਗਏ ਵਾਪਸ ਘਰੇ ਤੇ ਤੁਸੀਂ ਵਲੌਗ ਦੇਖ ਹੀ ਲਿਆ ਕਿ ਅਸੀਂ ਕਿੱਥੇ ਗਏ ਸੀ। ਬਹੁਤ ਵਧੀਆ ਲੱਗਿਆ ਵੈਸੇ ਜਾ ਕੇ। ਇੱਕ ਵਾਰੀ ਮੈਨੂੰ ਲੱਗਦਾ ਹਰੇਕ ਨੂੰ ਜਾਣਾ ਚਾਹੀਦਾ ਕਿ ਨਹੀਂ? ਹਾਂ ਬਈ ਹਰੇਕ ਜਾਣਾ ਜਾਓ, ਮਤਲਬ ਕਹਿ ਲਓ ਨਾ ਜਿੰਨਾ ਜਿਹਦੇ ਤੋਂ ਸਰਦਾ ਓਨਾ ਸੇਵਾ ਕਰਕੇ। ਮੈਨੂੰ ਐਂ ਲੱਗਦਾ ਵੀ ਇੱਥੇ ਇੱਕ ਦਾਨ ਕਰਕੇ ਨਾ ਬੜਾ ਦਿਲ ਨੂੰ ਯੂ ਨੋ ਸਕੂਨ ਮਿਲਿਆ, ਬੜੀ ਪੋਜ਼ਿਟਿਵਿਟੀ ਜੀ ਆਈ ਅੰਦਰ। ਤੇ ਬਾਕੀ ਉਹਨਾਂ ਨੇ ਬਹੁਤ ਵਧੀਆ ਟ੍ਰੀਟ ਕੀਤਾ, ਉਹ ਕੋਈ ਐਂ ਨਹੀਂ ਕਰਦੇ ਅੰਦਰ ਹੀ ਜਾਣਾ, ਐਂ ਨਹੀਂ ਕਰਨਾ, ਫਲਾਣਾ ਨਹੀਂ ਕਰਨਾ, ਕੁਛ ਵੀ ਐਵੇਂ ਦਾ ਨਹੀਂ। ਬੜਾ ਪੋਲਾਈਟਲੀ ਹਰੇਕ ਨੂੰ ਟ੍ਰੀਟ ਕੀਤਾ, ਚਾਹ ਪਾਣੀ ਪਿਲਾਇਆ, ਸਭ ਕੁਛ ਬਕਾਇਦਾ ਆਪ ਉਹਨਾਂ ਨੇ ਸਾਰੀ ਚੀਜ਼ ਸਾਨੂੰ ਦਿਖਾਈ ਵੀ ਕਿੱਥੇ ਕੀ ਆ। ਤੁਸੀਂ ਕੁਛ ਕਹਿਣਾ ਚਾਹੋਗੇ ਇਸ ਰਿਲੇਟਡ? ਬਸ ਇਹੀ ਆ ਸਾਡੇ ਵੱਲੋਂ ਤਾਂ ਵੀ ਜਿਹਨੂੰ ਜਿਹਦੇ ਤੋਂ ਜਿੰਨਾ ਸਰਦਾ ਓਨੀ ਸੇਵਾ ਕਰੋ, ਠੀਕ ਹੈ। ਸਾਨੂੰ ਇਹ ਸੀ ਕਿ ਅਸੀਂ ਜੋ ਵੀ ਪਹਿਲੀ ਅਰਨਿੰਗ ਕਰਾਂਗੇ ਉਹਦੇ ਚੋਂ ਆਪਣਾ ਦਸਵੰਧ ਕੱਢ ਕੇ ਉੱਥੇ ਹੀ ਦੇਵਾਂਗੇ। ਪਹਿਲਾਂ ਉੱਥੇ ਨਹੀਂ ਸੀ, ਮਤਲਬ ਸਾਡਾ ਦਿਲ ਇੱਕੋ ਦਮ ਹੋਇਆ ਵੀ ਅਸੀਂ ਉੱਥੇ ਜਾਈਏ। ਉਮੀਦ ਆ ਕਿ ਇੱਦਾਂ ਹੀ ਜੇ ਸਾਡੀ ਵਧੀਆ ਅਰਨਿੰਗ ਹੁੰਦੀ ਰਹੀ ਜਾਂ ਸਾਡਾ ਇੱਦਾਂ ਹੀ ਫਾਈਨੈਂਸ਼ਲੀ ਵਧੀਆ ਤਾਂ ਬਾਬਾ ਸਾਡੇ ਤੋਂ ਸੇਵਾ ਕਰਾਈ ਚੱਲੇ। ਹਾਂ, ਸੇਵਾ ਦਾ ਮੌਕਾ ਸਾਨੂੰ ਮਿਲਦਾ ਰਹੇ। ਅਸੀਂ ਉਹਨਾਂ ਨੂੰ ਵੀ ਇਹੀ ਗੱਲ ਸ਼ੇਅਰ ਕੀਤੀ ਕਿ ਸਾਡਾ ਮਨ ਸੀ ਕਿ ਅਸੀਂ ਪਹਿਲੀ ਅਰਨਿੰਗ ਇੱਥੇ ਆਪਣੀ ਦਾਨ ਕਰੀਏ। ਉਹ ਕਹਿੰਦੇ ਬਹੁਤ ਵਧੀਆ ਚੀਜ਼ ਆ, ਠੀਕ ਹੈ ਨਾ? ਤੇ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਜਾ ਕੇ। ਉਮੀਦ ਕਰਦੇ ਹਾਂ ਤੁਸੀਂ ਵੀ ਇੱਕ ਵਾਰੀ ਜ਼ਰੂਰ ਜਾ ਕੇ ਆਓ, ਉੱਥੇ ਦਾ ਮਾਹੌਲ ਦੇਖ ਕੇ ਆਓ, ਗੁਰਦੁਆਰਾ ਸਾਹਿਬ ਵੀ ਉੱਥੇ ਬਣਾਇਆ ਹੋਇਆ ਉਹਨਾਂ ਨੇ। ਬਸ ਬਾਕੀ ਬਾਬਾ ਜੀ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਵੀ ਸਾਡਾ ਇਹ ਕਰਨਾ ਜੋ ਵੀ ਅਸੀਂ ਅੱਜ ਦੇ ਵਲੌਗ ਦੇ ਵਿੱਚ ਕੀਤਾ ਇਹ ਸਹੀ ਸੀ ਜਾਂ ਗਲਤ ਸੀ। ਸਾਡੇ ਹਿਸਾਬ ਨਾਲ ਸਹੀ ਸੀ, ਗਲਤ ਤਾਂ ਨਹੀਂ ਸੀ। ਹਾਂ, ਵੀਡੀਓ ਬਣਾਉਣ ਦਾ ਜ਼ਰੀਆ ਇਹ ਸੀ ਬਿਕਾਜ਼ ਮੈਂ ਵੀ ਪਹਿਲੀ ਵਾਰ ਜਾਣਾ ਸੀ ਤੇ ਮੈਨੂੰ ਇਹ ਸੀ ਕਿ ਮੇਰੇ ਵਰਗੇ ਹੋਰ ਬਹੁਤ ਹੋਣਗੇ ਜਿਨ੍ਹਾਂ ਨੇ ਦੇਖੀ ਵੀ ਨਹੀਂ ਹੋਣੀ ਉਹ ਚੀਜ਼, ਕਿਉਂਕਿ ਇਹ ਤਾਂ ਗਏ ਹੋਏ ਸੀ। ਮੈਂ ਪਹਿਲੀ ਵਾਰ ਗਈ ਸੀ, ਮੈਨੂੰ ਇਹ ਸੀ ਹਰੇਕ ਬੰਦਾ ਦੇਖ ਲਵੇ ਵੀਡੀਓ ਦੇ ਜ਼ਰੀਏ। ਕਈਆਂ ਨੂੰ ਮੇ ਬੀ ਜਿਹੜੀ ਅਸੀਂ ਉਹ ਕੁੜੀ ਦੀ ਵੀਡੀਓ ਬਣਾਈ ਆ ਉਹਦੀ ਕੋਈ ਹੈਲਪ ਹੋ ਜਾਵੇ ਸਾਡੀ ਵੀਡੀਓ ਦੇ ਜ਼ਰੀਏ। ਸੋ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਤੇ ਇੱਕ ਮੈਸੇਜ ਵੀ ਸੀ ਸਾਰਿਆਂ ਨੂੰ ਕਿ ਕਮਾਉਣਾ ਤਾਂ ਆਪਾਂ ਦੇਖੋ ਸਾਰੀ ਉਮਰ ਹੀ ਆ, ਠੀਕ ਆ ਕਿ ਨਹੀਂ? ਤੇ ਥੋੜਾ ਜਿਹਾ ਹਿੱਸਾ ਇਸ ਪਾਸੇ ਵੀ ਲਾਉਣਾ ਚਾਹੀਦਾ, ਜ਼ਰੂਰੀ ਵੀ ਆ, ਕਰ ਦੇਣਾ ਚਾਹੀਦਾ ਬੰਦੇ ਨੂੰ। ਇਹਦੇ ਨਾਲ ਹੀ ਹੋਰ ਮੋਟੀਵੇਸ਼ਨ ਮਿਲਦੀ ਆ ਵੀ ਹੋਰ ਕਮਾਈਏ, ਹੋਰ ਵਧੀਆ ਅਰਨਿੰਗ ਕਰੀਏ ਤੇ ਇਸ ਪਾਸੇ ਲਾਈਏ। ਸਾਡੇ ਦਿਲ 'ਚ ਵੀ ਇਹੀ ਆ ਕਿ ਅਸੀਂ ਵਧੀਆ ਅਰਨਿੰਗ ਕਰਦੇ ਹਾਂ ਤਾਂ ਅਸੀਂ ਰੱਬ ਸਾਡੇ ਤੋਂ ਹੋਰ ਸੇਵਾ ਕਰਾਵੇ। ਤਾਂ ਬਸ ਜੀ, ਅੱਜ ਦੀ ਵੀਡੀਓ 'ਚ ਇੰਨਾ ਹੀ। ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨ ਲਈ ਅੱਜ ਮੈਂ ਨਹੀਂ ਕਹਿਣਾ, ਇਟਸ ਆਲ ਅਪ ਟੂ ਯੂ, ਤੁਹਾਡੀ ਮਰਜ਼ੀ ਆ। ਚੈਨਲ ਨੂੰ ਸਬਸਕ੍ਰਾਈਬ ਕਰਨਾ ਇਹ ਵੀ ਤੁਹਾਡੀ ਮਰਜ਼ੀ ਆ, ਕਿਉਂਕਿ ਅੱਜ ਦੀ ਵੀਡੀਓ ਮੈਂ ਕੋਈ ਵਿਊਜ਼ ਕਰਕੇ ਨਹੀਂ ਬਣਾਈ ਸੀ। ਮੈਨੂੰ ਇਹ ਸੀ ਜਿਨ੍ਹਾਂ ਨੇ ਮੇਰੇ ਵਾਂਗੂ ਉਹ ਚੀਜ਼ ਨਹੀਂ ਦੇਖੀ, ਸੁਪਨਿਆਂ ਦਾ ਘਰ ਕਹਿੰਦੇ ਆ ਉਹਨੂੰ ਹੈ ਨਾ, ਵੈਸੇ ਉਹ ਚੀਜ਼ ਨਹੀਂ ਦੇਖੀ ਉਹ ਵੀ ਦੇਖਣ, ਕਿਉਂਕਿ ਮੇਰਾ ਵੀ ਦਿਲ ਸੀ, ਬਹੁਤ ਜਣਿਆਂ ਦਾ ਦਿਲ ਹੋਊਗਾ ਜੇ ਨਾ ਵੀ ਜਾ ਹੋਇਆ ਤਾਂ ਤੁਸੀਂ ਇਹ 'ਚ ਦੇਖ ਸਕਦੇ ਹੋ। ਅਤੇ ਬਸ ਜੀ, ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ ਟਿੰਦਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। Dead on my head.